ਅਸਲਾਮ ਅਲੈਕੁਮ ਜੀ, ਮੈਂ ਵੀ ਇਸ ਪ੍ਰੋਟੈਸਟ ਦਾ ਹਿੱਸਾ ਜਨਾਬ। ਅਸੀਂ ਗੌਰਮੈਂਟ ਸਕੂਲ 54 ਲੜਕੀਆਂ ਵਾਲੇ ਸਕੂਲ ਦੇ ਵਿੱਚ ਇਕੱਠੇ ਹਾਂ ਜੀ। ਇਹ ਸਾਰੇ ਮਹੱਲੇਦਾਰ ਨੇ ਜਨਾਬ, ਅਤੇ ਸੁਬਹ ਸੁਬਹਾ ਜਿਹੜਾ ਅਸੈਂਬਲੀ ਦੇ ਵਿੱਚ ਪਹਿਲੇ ਹਮਦੋਨਾਤ ਅਤੇ ਦੂਸਰੇ ਇਸਲਾਮੀ ਤੌਰ ਤਰੀਕੇ ਸਿਖਾਉਣ ਤੋਂ ਇਲਾਵਾ ਜਿਹੜੇ ਵੀ ਮਾਮਲਾਤ ਹੁੰਦੇ ਸਨ ਉਹ ਅਲਹਮਦੁਲਿਲਾ ਸਕੂਲ ਦੇ ਵਿੱਚ ਹੁੰਦੇ ਸਨ। ਲੇਕਿਨ ਇਹ ਨਵਾਂ ਕਾਨੂੰਨ ਹੈ ਜਿਹੜਾ, ਜਿਹਦੇ ਵਿੱਚ ਤੁਸੀਂ ਕਹਿ ਲਓ ਕਿ ਬੱਚੀਆਂ ਨੂੰ ਗਾਣੇ ਸਿਖਾਏ ਜਾ ਰਹੇ ਨੇ, ਬੱਚਿਆਂ ਨੂੰ ਡਾਂਸ ਪ੍ਰੋਗਰਾਮ ਦਾ ਮਤਲਬ ਗੌਰਮੈਂਟ ਵੱਲੋਂ ਸਰਕਾਰੀ ਆਰਡਰ ਹੈ ਕਿ ਤੁਸੀਂ ਜਿਹੜਾ ਬੱਚੀਆਂ ਨੂੰ ਗਾਣਿਆਂ ਦੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਓ। ਅੱਜ ਸੁਬਹਾ ਅਸੈਂਬਲੀ ਦੇ ਵਿੱਚ ਬਾਵਾਜ਼ ਬੁਲੰਦ ਸਪੀਕਰ ਦੇ ਵਿੱਚ ਇਸ ਚੀਜ਼ ਦੇ ਬਾਰੇ ਅਸੀਂ ਘਰ ਬੈਠੇ ਸੁਣਿਆ ਕਿ ਲੜਕੀ ਇਸ਼ਕ ਮੁਰਸ਼ਦ ਦਾ ਗਾਣਾ ਗਾ ਰਹੀ ਸੀ, ਅਤੇ ਸਾਰੀ ਅਸੈਂਬਲੀ ਦੇ ਵਿੱਚ ਇਸ ਚੀਜ਼ ਦੇ ਬਾਰੇ ਜਿਹੜਾ ਨਾ ਜੀ ਉਹ ਦਾਅਵਾ ਦਿੱਤੀ ਜਾ ਰਹੀ ਹੈ। ਲੜਕੀਆਂ ਨੂੰ ਬੱਚਿਆਂ ਦਾ ਨਿਜ਼ਾਮ ਖਰਾਬ ਕੀਤਾ ਜਾ ਰਿਹਾ, ਜਿਸ ਕਰਕੇ ਅਸੀਂ ਇਹਤਜਾਜਾਂ ਨੇ ਇੱਥੇ ਸਾਰੇ ਦੋਸਤ ਇਕੱਠੇ ਹੋਏ ਹਾਂ, ਅਤੇ ਇਹ ਪੋਸਟ ਅਸੀਂ ਸ਼ੇਅਰ ਕਰਨਾ ਚਾਹ ਰਹੇ ਹਾਂ ਕਿ ਜਿਹੜੇ ਵੀ ਦੋਸਤ ਇਸਲਾਮੀ ਅਕਾਇਦ ਦੇ ਉੱਪਰ ਆਪਣੀ ਬੱਚੀਆਂ ਨੂੰ ਜਾਂ ਆਪਣੇ ਮਾਸ਼ਰੇ ਨੂੰ ਲੈ ਕੇ ਜਾਣਾ ਚਾਹ ਰਹੇ ਆ, ਅਤੇ ਉਹ ਸਾਡੇ ਨਾਲ ਇਸ ਇਹਤਜਾਜ ਦਾ ਹਿੱਸਾ ਬਣੋ ਜਨਾਬ। ਅਸੀਂ ਤੁਹਾਡੇ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ। ਅਤੇ ਇਹ ਜਿਹੜਾ ਇਹਤਜਾਜ ਕਰਨ ਆਇਆ ਜਨਾਬ, ਕਿ ਸਾਡੀ ਜ਼ਾਤ ਹੈ, ਜ਼ਾਤੀ ਮਾਮਲਾ ਨਹੀਂ ਗਾ, ਜ਼ਾਤੀ ਇਸ਼ੂ ਨਹੀਂ ਗਾ, ਸਾਡੀਆਂ ਬੱਚੀਆਂ ਨੇ, ਤੁਹਾਡੀਆਂ ਬੱਚੀਆਂ ਨੇ, ਇਹ ਸਾਡੇ ਮਾਸ਼ਰੇ ਦਾ ਆਲਮੀ ਆ। ਇਸ ਕਰਕੇ ਅਸੀਂ ਜਨਾਬ ਸਾਰਿਆਂ ਅੱਗੇ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਜਿਹੜਾ ਨਾ ਜੀ ਇਸ ਇਹਤਜਾਜ ਦਾ ਹਿੱਸਾ ਬਣੋ। ਬਹੁਤ ਮਿਹਰਬਾਨੀ, ਅਸਲਾਮ ਅਲੈਕੁਮ।